ਕਿੱਥੇ ਨਾ ਬਾਇਕ ਰਿਹਾ ਤੇ ਗੱਲ ਤੇ ਜਿੱਦਾਂ ਕਰੀ ਦੇ ਨਾ ਆਇਆ। ਇਸਕਾ ਨਾਮ ਕੀ ਹੈ ਭਈਆ? ਸਰਾਲ। ਸਰਾਲ ਸਰਾਲ ਨਾਮ ਹੈ। ਬੰਮ ਬੰਮ ਬੋਲੇ, ਬੰਮ ਬੰਮ ਬੋਲੇ, ਬੰਮ ਬੰਮ ਬੋਲੇ, ਬੰਮ ਬੰਮ ਬੋਲੇ। ਸ਼ਾਇਦ ਆਓ ਸ਼ਾਇਦ ਹੁਸ਼ਿਆਰਪੁਰ ਵੀ ਹੁਸ਼ਿਆਰਪੁਰ ਵਾਲੇ ਹਾਂਜੀ ਹਾਂਜੀ ਦੋਸਤੋ ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਕਹਿ ਦਿਓ, ਗੁੱਡ ਮੋਰਨਿੰਗ। ਸੋ ਅਸੀਂ ਹੁਣ ਪ੍ਰਸ਼ਾਦ ਲੈਣ ਆਏ ਹਾਂ ਅਤੇ ਆਪਾਂ ਹੁਣ ਜਾ ਰਹੇ ਹਾਂ ਘਰ ਨੂੰ। ਪਹਿਲਾਂ ਜਾਣਾ ਪਹਿਲਾਂ ਸ਼ਿਵਗੋੜੀ, ਉਸ ਤੋਂ ਬਾਅਦ ਆਪਾਂ ਜਾਣਾ ਘਰ। ਸੋ ਬਾਲਾਂ ਯਾਰ, ਬਾਲਾਂ ਦੇ ਹਾਲਾਤ ਕੀ ਬਣੇ ਵੇ ਬਾਲਾਂ ਦੇ। ਸੋ ਬਸ ਰਵਾਨਾ ਹੋਣ ਲੱਗਿਆ, ਟਰੱਕ ਸਮਾਨ ਸਮੂਨ ਰੱਖਤਾ ਵਾ। ਇਹ ਟਰੱਕ ਸਾਡਾ ਰੈਡੀ ਹੋ ਗਿਆ, ਬੰਦੇ ਸਾਰੇ ਟਰੱਕ 'ਚ ਪੈ ਗਏ। ਉਹ ਪਹਿਲੀ ਜਗ੍ਹਾ ਮਾਂ ਲੱਕ ਲਈਆਂ ਵਾ ਬੰਦਿਆਂ ਨੇ। ਹਾਂਜੀ ਆ ਗਏ ਆ ਗਏ ਆ ਗਏ। ਕੀ ਆ ਬਲੋਕਰ ਬਿੱਲੋ ਹੀ ਚੜ ਗਏ ਆ ਉੱਪਰ ਉਹਦੇ ਯਾਰ। ਚੱਲੀਏ ਚੱਲ 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 ਨਾ ਬਸ ਸਾਹਮਣੇ ਆਇਓ। ਸੋ ਚੱਲਦੇ ਹਾਂ ਟਰੱਕ 'ਚ ਬਹਿੰਦੇ ਹਾਂ ਜਾ ਕੇ। ਫਿਰ ਇਹ ਮੌਸਮ ਵੀ ਪੂਰਾ ਠੰਡਾ ਠੰਡਾ ਹੋਇਆ ਪਿਆ, ਔਸਮ ਫੀਲਿੰਗ। ਮੀਂਹ ਪੈ ਰਿਹਾ ਹੌਲੀ ਹੌਲੀ, ਕਿਵੀਆਂ ਪੈ ਰਹੀਆਂ ਵਾ। ਪਹਾੜਾਂ 'ਚ ਹੈਗੇ ਹਾਂ ਅਸੀਂ। ਹਾਂਜੀ ਜਾ ਰਹੇ ਹਾਂ ਫਿਰ ਘਰ। ਨਹੀਂ ਪੱਲੂ ਢੋਲ ਵਾਲਾ ਬਹਿ ਗਿਆ ਉੱਪਰ, ਢੋਲ ਵਾਲਾ ਤੇ ਆ ਗਿਆ। ਮੌਸਮ ਦਾ ਔਸਮ ਆ ਗਿਆ, ਔਸਮ ਤਾਂ ਚੱਲ ਰਹੀ ਆ ਪਹਾੜਾਂ 'ਚ। ਠੰਡਾ ਪਾਣੀ ਸੁਣਾ ਰਿਹਾ, ਠੰਡ ਲੱਗਦੀ ਪਈ ਦੋਸਤ। ਪਾਣੀ ਬਹੁਤ ਠੰਡਾ ਸੀ, ਬਹੁਤ ਮੁਸ਼ਕਿਲ ਨਾਲ ਨਾ ਹੋਇਆ ਵਾ, ਬਹੁਤ ਜ਼ਿਆਦਾ ਮੁਸ਼ਕਿਲ ਨਾਲ ਆਪਣਾ ਹੀ ਲੜਾ ਲੱਗਿਆ। ਚਲੋ ਹਾਂਜੀ ਦੋਸਤੋ, ਇੱਕ ਵਾਰ ਫੇਰ ਹੁਣ ਮਣੀ ਪਾਉਣ ਲੱਗਾ ਆ। ਕੀ ਹੋਇਆ, ਫੜਾ ਲੱਗਾ ਵਾ ਤੂੰ ਪਾ ਲੱਗਾ।
ਹਾਂਜੀ ਹਾਂਜੀ ਆਇਓ ਅੰਕਲ ਜੀ ਹਾਂਜੀ ਇਸਕਾ ਨਾਮ ਕੀ ਹੈ ਭਈਆ ਸਰਾਲ 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 ਨਾਮ ਹੈ ਇਸਦਾ ਸਰਾਲ ਗਾਈ ਲੰਬੀ ਸਰਾਲ ਰੱਖੇਗੀ ਲੋਈ ਨੇ ਮਹਿਫਲਾਂ ਲਾਈਆਂ ਪਈਆਂ ਨੇ ਹਾਂਜੀ ਬੰਬ ਬੰਬ ਹਾਂਜੀ ਇਹੀ ਉਹ ਮੰਤਰ ਹੈ ਪਹੁੰਚ ਗਈਆਂ ਸ਼ਿਵਬੋੜੀ ਵੀ ਔਸਮ ਵਿਊ ਗੋਟਾ ਗੋਟਾ ਮੇਰੇ ਸ਼ਿਵਾ ਨੇ ਲਾ ਕੋ ਦਸਦਾਰ ਜੀ ਵਿਊ ਕਿੱਧਰ ਲੱਗਾ ਵੇ ਔਸਮ ਵਿਊ ਹੈ ਔਸਮ ਮੌਸਮ ਵੀ ਬਹੁਤ ਲੋ ਆ ਗਾਈਸ ਮੌਸਮ ਵੀ ਔਸਮ ਹੋਇਆ ਪਿਆ ਇੱਥੋਂ ਦੀ ਛਲਾਂਗ ਮਾਰਨੀ ਥੱਲੇ ਹੌਲੀ ਹੌਲੀ ਉੱਥੇ ਜਾਣਾ ਗਲ ਚ ਪਾਉਣਾ ਗਲ ਚ ਮੈਂ ਪਾ ਲਿਆ ਵਾ ਪਹਿਲੀ ਸ਼ਾਇਦ ਕੈਮਰਾ ਮੈਨ ਜੀ ਆਏ ਹਾਂਜੀ ਹਾਂਜੀ ਸਾਡੇ ਨਾਲ ਕੈਮਰਾਮੈਨ ਜੀ ਵੀ ਹੈਗੇ ਨੇ ਹਾਂਜੀ ਦੋਸਤੋ ਮੇਰੇ ਕੱਪੜੇ ਸਾਰੇ ਰੱਖਤੇ ਟਰੱਕ 'ਚ ਅਤੇ ਮੈਂ ਬਨੈਣ 'ਚ ਘੁੰਮ ਰਿਹਾ ਸੀ ਅਤੇ ਮੈਂ ਬਹੁਤ ਹੀ ਔਖਾ ਹੋ ਕੇ ਕਮੀਜ਼ ਨਵੀਂ ਲੈ ਕੇ ਆਇਆ ਵਾਂ ਅੱਛਾ ਚਲੋ ਜੀ ਘਰ ਦੇਖੋ ਤੁਸੀਂ ਘਰ ਦੇਖੋ ਕਿੰਨੇ ਸੋਹਣੇ ਆ ਓਏ ਹੋਏ ਪਹਾੜੇ 'ਚ ਰਹਿਣ ਦਾ ਨਜ਼ਾਰਾ ਹੀ ਕੁਛ ਹੋਰ ਹੋਣਾ ਸ਼ੰਕਰ ਜੀ ਨੇ ਤੁਮਰਾ ਸਿੰਪਲ ਨੀ ਫੋਨ ਲਿਓ ਇਹਨਾਂ
ਤਲਾਬ ਆ ਭਰਾਵਾ ਤਲਾਬ ਸਿੱਕੇ ਸਿੱਕੇ ਜੋ ਚਮਕਦੀ ਚੀਜ਼ ਦੇ ਦੇ ਸਿੱਕੇ ਆ ਸਾਰੇ ਸਿੱਕੇ ਦੇ ਕਿੰਨੇ ਡਿੱਗੇ ਪੇ ਵਿੱਚ ਹੁਸ਼ਿਆਰਪੁਰ ਵਾਲੇ ਹਾਂਜੀ ਹਾਂਜੀ ਚਲੋ ਚਲ 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 ਗਾੜੀ ਸਟਾਰਟ ਕਰ ਪਹੁੰਚੋ ਜਿੱਥੇ ਜਿੱਥੇ ਪਹੁੰਚਣਾ ਪਹੁੰਚੋ ਗਾਇਸ ਔਸਮ ਯਾਰ ਔਸਮ ਫੀਲਿੰਗ ਗਾਇਸ ਚੈੱਕ ਕਰੋ ਚਾਹ ਵੀ ਦੀ ਓਕੇ ਚਾਹ ਵੀ ਪਹੁੰਚੀਆਂ ਗਈ ਸ਼ਿਵਬੋੜੀ ਸ਼ਿਵਬੋੜੀ ਇੱਕ ਹੈਗੀ ਉੱਧਰ ਚਿੰਤਪੁਰਨੀ ਮਾਤਾ ਜੀ ਜਾਣ ਵਾਲੇ ਸ਼ਿਵਬੋੜੀ ਇੱਕ ਆਵਾ ਸ਼ਿਵਬੋੜੀ ਕੰਨਾ ਬਾਬਾ ਜੀ ਨੂੰ ਕਹਿਣਾ ਵੀ ਤੂੰ ਕੋਈ ਕੁੜੀ ਸੈੱਟ ਕਰ ਕੰਨਾ ਜੀ ਕੀ ਹੁੰਦਾ ਉਹ ਸ਼ਿਵ ਮੰਦਿਰ ਹਾਂਜੀ ਬਿੱਲੋਈ ਮਤਲਬ ਨੀ ਕੰਜਲੇ ਇੰਨੀ ਮਿੰਨੀ ਕਿੰਨੀ ਕਣੀਆਂ ਪੈ ਰਹੀਆਂ ਵਾ ਮੰਨੀ ਮਿੰਨੀ ਕੰਨੀਆਂ ਪੈ ਰਹੀਆਂ ਮੀਂਹ ਤੇਜ਼ ਹੋਣ ਲੱਗ ਪਿਆ ਆ ਪਹਿਲਾਂ ਕਿੰਨੀਆਂ ਕਿੰਨੀਆਂ ਪੈਂਦੀਆਂ ਸੀ ਹੁਣ ਤੇਜ਼ ਹੋਣ ਲੱਗ ਪਿਆ ਓਹੋ ਬਿੱਲੋਈ ਮੀਂਹ ਪੈਰ ਲੱਗ ਪਿਆ ਵਾ ਹੁਣ ਹੈ ਹੁਣ ਹੁਣ ਮੀਂਹ ਪੈਣ ਲੱਗ ਪਿਆ ਵਾ ਹੈ ਕੀ ਅੱਛਾ ਪੋਲ ਚਲੋ ਫੋਟੋ ਖਿੱਚੀ ਤੁਹਾਡੀ ਹੋ ਗਈ ਫੋਟੋ ਖਿੱਚ ਹੋਰ 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 ਸੇਵਾ ਜੀ ਹੋਰ ਸੇਵਾ ਪਾਣੀ ਪਾਣੀ ਹੈਗਾ ਵਾ ਸੇਵਾ ਦੱਸੋ ਪਾਣੀ ਇੰਨਾ ਸੇਵਾ ਦੱਸੋ ਕਰਾਡੇ ਉਹ ਮੀਂਹ ਪੈਣ ਲੱਗ ਪਿਆ ਤੇਜ਼ ਮੀਂਹ ਤੇਜ਼ ਮੀਂਹ ਹੋ ਗਿਆ ਦੋਸਤੋ ਤੇਜ਼ ਜ਼ਿਆਦਾ ਹੀ ਕੁਛ ਹੁਣ ਤਾਂ ਸਾਰੀ ਟੀਨਾ ਥੱਲੇ ਆ ਗਈ ਆਪਾਂ ਲੱਗੇ ਖਾਣ ਸਮੋਸੇ ਵਾਹ ਜੀ ਵਾਹ ਮੀਂਹ 'ਚ ਸਮੋਸੇ ਉਹ ਵੀ ਪਹਾੜਾਂ 'ਚ ਹਾਂਜੀ ਚਟਣੀ ਘੱਟ ਪਾਣੀ ਜ਼ਿਆਦਾ ਲੱਗਦੀ ਚਲੋ ਖਾਣੇ ਤਾਂ ਪੈਣੇ ਕਿਰਾਇਆ ਤਾਂ ਹਾਂਜੀ ਠੰਡ ਸਾਰੇ ਬੰਦੇ ਚਲ ਗਏ ਟਰੱਕ 'ਚ ਆਪਾਂ ਹੀ ਰਹਿ ਗਏ ਹਾਂ ਜਾ ਰਹੇ ਆਪਾਂ ਵੀ ਟਰੱਕ ਮੀਂਹ ਤੇਜ਼ ਹੋ ਹੀ ਜਾਂਦਾ ਹੁਸ਼ਿਆਰਪੁਰ ਕਹਿੰਦੇ ਉਹ ਜ਼ਿਆਦਾ ਤੇਜ਼ ਆ ਮੀਂਹ ਫੋਨ ਲੈ ਕਹਿੰਦੇ ਹੁਸ਼ਿਆਰ ਤੇਜ਼ ਆ ਜ਼ਿਆਦਾ ਇੱਥੇ ਵੀ ਹੋਏ ਨਾ ਯਾਰ ਨਜ਼ਾਰਾ ਹੀ ਕੁਛ ਹੋਰ ਇੱਥੇ ਘੱਟ ਆ ਗਿਆ ਹਲੇ ਤਾਂ ਇੱਥੇ ਰੁਕਣਾ ਸੀਗਾ ਮੀਂਹ ਕਰਕੇ ਫਿਰ ਚੱਲੇ ਰੁਕ ਨਹੀਂ ਹੋਣਾ ਹੁਣ
ਕਦੋਂ ਵੀ ਕੁਛ ਜ਼ਿਆਦਾ ਹੀ ਤੇਜ਼ ਹੋ ਸਕਦਾ ਮੀਂਹ ਕਰਕੇ। ਚੜ੍ਹ ਗਏ ਦੋਸਤੋ, ਹੋਰ ਤੇਜ਼ ਹੋ ਗਿਆ ਮੀਂਹ, ਉੱਪਰ ਚੜ੍ਹਦੇ ਚੜ੍ਹਦੇ ਸਾਰੇ ਛੱਤਾਂ ਥੱਲੇ ਅਤੇ ਕਈ ਟਰੱਕ 'ਚ। ਪਹਾੜਾਂ 'ਚ ਸੈਰ ਕਰਦੇ ਹੋਏ, ਹਾਂਜੀ ਮੀਂਹ ਘੱਟ ਗਿਆ ਹੁਣ। ਜੇ ਮੀਂਹ ਨਾ ਪੈਂਦਾ ਨਾ ਫਿਰ ਆਪਾਂ ਇੱਥੇ ਜਾਣਾ ਸੀ ਆ ਲਾਲ ਕਿਲੇ 'ਤੇ। ਲਾਲ ਕਿਲਾ ਹੀ ਹੈ ਨਾ, ਲਾਲ ਕਿਲਾ ਹੀ ਹੈ ਨਾ। ਹਾਂ ਚਲੋ, ਉੱਦਾਂ ਲਾਲ ਕਿਲਾ ਉੱਦਾਂ ਨਾ ਪਾਇਆ, ਮਤਲਬ ਲਾਈਟ ਲਾਲ ਕਿਲਾ। ਇੱਥੇ ਜਾਣਾ ਸੀ ਯਾਰ, ਮੀਂਹ ਪੈ ਗਿਆ। ਚਲੋ ਕੋਈ ਨਹੀਂ, ਅਗਲੇ ਸਾਲ ਸਹੀ ਹੁਣ। ਪਹਾੜਾ ਯਾਰ ਔਸਮ ਫੀਲਿੰਗ, ਔਸਮ ਫੀਲਿੰਗ। ਪਹਾੜ ਮੀਂਹ ਪੈ ਰਿਹਾ, ਨੀਮਾ ਨੀਮਾ ਮੀਂਹ ਪੈ ਰਿਹਾ, ਹਵਾ ਚੱਲ ਰਹੀ ਆ, ਮੱਠਾ ਮੱਠਾ ਮੀਂਹ, ਮੱਠਾ ਮੱਠਾ ਮੀਂਹ ਪੈ ਰਿਹਾ, ਹਵਾ ਚੱਲ ਰਹੀ ਆ। ਜਾ ਰਹੇ ਹਾਂ ਹੁਣ ਵਾਪਸ ਟਰੱਕ ਵੱਲ ਸੈਰ ਕਰਕੇ। ਸੋਰੀ ਟਰੱਕ 'ਚ ਯਾਰ, ਟਰੱਕ 'ਚ ਵੀ ਕਹਿੰਦੇ ਪਾਣੀ ਭਰ ਗਿਆ ਮੀਂਹ। ਆ ਮੋਹਰੇ ਮੋਹਰੇ ਜਿੱਦਾਂ ਹੁਣ ਦੇਖੀ, ਸਾਰਿਆਂ ਨੇ ਘਸੋੜ ਕੇ ਵਿੱਚ ਪੈਣਾ, ਘੁੱਸੜ ਜਾਣਾ ਸਾਰਿਆਂ ਨੇ ਵਿੱਚ। ਉਹ ਖੜਾ ਆਪਣਾ ਟਰੱਕ ਸਾਹਮਣੇ, ਟੋਲ ਹੋਈ, ਹੁਣ ਸਾਰਿਆਂ ਨੇ ਘੁੱਸੜ ਕੇ ਪੈਣਾ ਅੰਦਰ। ਹਾਂਜੀ ਡਾਲੇ ਦੇ, ਡਾਲੇ ਵਾਲੇ ਕਿੱਥੇ ਗਏ ਹੁਣ, ਡਾਲੇ ਤੇ ਬੈਠੋ ਹੁਣ। ਸਾਡੇ ਮੂੰਹ ਤੇ ਉਹ ਆ ਗਿਆ, ਕੀ ਆ ਗਿਆ, ਪਾਣੀ। ਓ ਯਾਰ ਚਲੋ ਕੋਈ ਨੀ, ਕੈਚ ਕਈ ਵਾਰ ਛੋਟੇ ਹੁੰਦਾ ਹੁੰਦਾ। ਹਾਂਜੀ ਬਿੱਲੋਈ ਚਿਪਸ ਖਾ ਰਹੇ, ਬਿੱਲੋਈ ਹਾਏ, ਬਿੱਲੋਈ ਚਿਪਸ ਖਾਂਦੇ ਹੋਏ। ਹੈਲੋ ਹੈਲੋ, ਸਾਰੇ ਅੰਦਰ ਵੜਦੇ, ਸਾਰੀ ਬੱਚਾ ਵਾਟੀ ਚਿਪਸ ਖਾਂਦੀ ਹੋਈ। ਹੋ ਗਏ ਰਵਾਨਾ ਦੋਸਤੋ, ਫੇਰ ਆਪਣੇ ਘਰ ਨੂੰ ਜਾ ਰਹੇ ਹੋ, ਘਰ ਵੇ ਵਾਪਸੀ, ਇੱਧਰ ਗੇਮ ਖੇਲਦੇ ਹੋਏ ਆਗ ਲੱਗੇ। ਗੁੱਡ ਮਾਰਨਿੰਗ, ਅਸੀਂ ਉੱਠ ਗਏ, ਸਾਰੇ ਸੋ ਗਏ ਸੀ, ਸਾਰੇ ਉੱਠ ਗਏ ਤੇ ਹੁਣ ਆਪਾਂ ਪਹੁੰਚੇ ਆ। ਕਿੱਥੇ ਪਹੁੰਚੇ? ਸ਼ਿਵਜੀ ਦੇ ਮੰਦਿਰ। ਵੇ ਵਾਹ, ਹਾਂਜੀ ਔਸਮ, ਮੌਸਮ ਵੀ ਔਸਮ ਹੋਇਆ ਪਿਆ, ਸ਼ਿਵਜੀ ਜੀ ਵੀ ਔਸਮ ਹੋਏ ਪਏ ਤੇ ਅਸੀਂ ਆਪ ਵੀ ਔਸਮ ਹੋਏ ਪਏ। ਚੱਪਲ ਕਿੱਥੇ? ਦੂਸਰਾ ਮੰਦਿਰ ਆ ਗਿਆ। ਔਸਮ ਮੰਦਿਰ, ਪ੍ਰਾਚੀਨ ਸ਼ਿਵ ਮਹਾਦੇਵ ਮੰਦਿਰ ਕੋਟਲਾ ਕਲਾ। ਸੋ ਗਏ ਨਾ ਉੱਥੇ ਦੇ, ਸਹੀ ਰਹੇ ਜਿੱਦਾਂ ਸਾਰਿਆਂ ਨੂੰ ਕੀ ਲੰਗਰ ਦੇ, ਪਹਿਲਾਂ ਮੱਥਾ ਟੇਕਦੇ ਫਿਰ ਲੰਗਰ ਖਾਂਦੇ। ਹੈ
ਕੰਨਾਂ 'ਚ ਵੀ ਉਹ ਜਿਹੜੇ ਘਰ ਦੇ ਜਿਹਨਾਂ ਦੀ ਗੱਲ ਸੁਣਦੇ ਘਰ ਦੇ ਤਾਂ ਗੱਲ ਸੁਣਦੇ ਕਦੀ ਏਦਾਂ ਜੈ ਹੋ ਆਪਾਂ ਲੱਗੇ ਲੰਗਰ ਖਾਣ ਉਹਦੇ ਇੱਥੇ ਵੀ ਘਰ ਬਣੇ ਪਏ ਇੱਥੇ ਵੀ ਘਰ ਬਣਾਏ ਪਏ ਲੋਕਾਂ ਨੇ ਇੱਟਾਂ ਮੰਦਰ ਬਣਾ ਲਿਆ ਲੋਕੀ ਘਰ ਬਣਾ ਗਏ ਇੱਟਾਂ ਮੰਦਰ ਬਣਾ ਨਹੀਂ ਲਿਆਂਦੀਆਂ ਲੋਕੀ ਘਰ ਬਣਾ ਗਏ ਦੋਨੋਂ ਚੱਕ ਲਾ ਚਮਚੇ ਚਮਚ ਘੱਟ ਵੱਜੀ ਆ ਗਈ ਬਾਪੇ ਨੂੰ ਕੀ ਚਮਚ ਰੱਖੀ ਯਾਰ ਡਿੱਗ ਗਿਆ ਕੀ ਯਾਰ ਬਾਪੇ ਨੂੰ ਪੁੱਛੀ ਲੱਸੀ ਆ ਗਈ ਲੱਸੀਆਂ ਹੀ ਲੱਸੀਆਂ ਮੀਂਹ ਤੇਜ਼ ਹੋ ਗਿਆ ਫਿਰ ਕੜੀ ਚਾਵਲ ਹਾਂਜੀ ਕੜੀ ਚੌਲ ਉੱਪਰ ਕੜੀ ਚੌਲ ਪਲੇਟ 'ਚ ਹਾਂਜੀ ਅੱਛਾ ਰਾਈਸ ਐਂਡ ਕਰੀ ਵਾਓ ਸ਼ੇਕਣ ਪਿਛੋ ਇੱਥੇ ਸ਼ੇਕਣ ਚੰਗਾ ਸ਼ੇਰੂ ਚੱਲਦੇ ਆ ਸ਼ੇਰੂ ਲੰਗਰ ਪਾਣੀ ਕੀ ਨਾਮ ਹੈ ਇਹਦਾ ਸ਼ੇਰੂ ਹਾਂ ਸ਼ੇਰੂ ਆ ਜਾ ਹੋਂ ਚ ਲੱਗ ਗਿਆ ਚੱਲ ਦੋਸਤੋ ਲੰਗਰ ਪਾਣੀ ਖਾ ਕੇ ਚੱਲਦੇ ਆ ਯਾ ਚੱਪਲਾਂ ਹੀ ਗਾਇਬ ਕਰ ਦਿੰਦੇ ਆ ਲੋਕਾਂ ਦੀ ਨਾ ਭਾਈ ਹੈ ਲੋਕਾਂ ਦੀ ਨਾ ਭਾਈ ਜੀ ਚੱਪਲਾਂ ਨੂੰ ਸੁੰਦਰ ਦੇਖ ਕੇ ਲਾਇਆ ਕੀ ਲਾਇਆ ਗਾਣੇ ਖਾਣੇ ਬੰਦ ਨਹੀਂ ਆ ਓਏ ਮੌਸਮ ਇਜ਼ ਔਸਮ ਓ ਨਹੀਂ ਨਹੀਂ ਬਾਤ ਨਹੀਂ ਕਰਨੀ ਨਕਲੀ ਚਲੋ ਜੀ ਖਾ ਪੀ ਕੇ ਜਨਤਾ ਚੜ ਗਈ ਆ ਉੱਪਰ ਫੇ ਕੀ ਹੋਇਆ ਠੰਡ ਲੱਗਦੀ ਲੋਈ ਠੰਡ ਲੱਗਦੀ ਠੰਡ ਕੰਬਲ ਅੰਦਰ ਨੂੰ ਭੇਟਿਆ ਪਿਆ ਲੰਗਰ ਖਾ ਲਿਆ ਹੈ ਰੱਜ ਕੇ ਖਾ ਲਿਆ ਕੱਢਣਾ ਨਹੀਂ ਆ ਹੁਣ ਮੈਂ ਰਾਤ ਦੀ ਰੋਟੀ ਚੱਕਰ ਰਾਤ ਦੀ ਰੋਟੀ ਖਾਣੀ ਸੀ ਪਿਆਰ ਨਾਲ ਬੋਲੋ ਪਿਆਰ ਨਾਲ ਬੋਲੋ ਰਾਤ ਦੀ ਰੋਟੀ ਖਾਣੀ ਜਾਨੀ ਕੁਛ ਖਾ ਲਈ ਦੋਸਤੋ ਰਵਾਨਾ ਹੋ ਗਈਆਂ ਫੇ ਹੁਸ਼ਿਆਰਪੁਰ ਨੂੰ ਹੁਣ ਸੱਜਾ ਕਰੇਗਾ ਇਸ ਰੋਈ ਕਰੇ ਜਾ ਚੱਲ ਜਾ ਸਹੀ ਗੱਲ ਨਹੀਂ ਗੱਲਾਂ ਜਾਈ ਲਈ ਨਹੀਂ ਜੋ ਹੋਈ ਗਿਆ ਇਹ ਗੱਲਾਂ ਬਿੱਲੋ ਹੀ ਬਿੱਲੋ ਜੀ ਦੇਖਦੇ ਹੋਏ ਹਾਂਜੀ ਮਨੀ ਇਧਰ ਨੂੰ ਆਇਆ ਫੋਕਸ ਕਰਿਓ ਮਨੀ ਬਿੱਲੋ ਲੱਗ ਗਿਆ ਮਾੜਾ ਜਿਹਾ ਹਾਂਜੀ ਦੋਸਤੋ ਪਹੁੰਚ ਗਏ ਹੁਸ਼ਿਆਰਪੁਰ ਵਾਪਿਸ ਹਾਂਜੀ ਬੜੀ ਖੁਸ਼ੀ ਹੋ ਰਹੀ ਆ ਸਹੀ ਸਾ ਕਿਤਾ ਫਨ ਕੀਤਾ ਵੇ ਮਸਤੀ ਮੱਜੀ ਪੂਰੀ ਪੂਰੀ ਹੁਣ ਆ ਗਏ ਘਰ ਹੁਣ ਘਰੇ ਜਾ ਕੇ ਫੇਰ ਢੇਰੀ ਬਣਾਉਣਾ ਜੱਗ ਦੇ ਇੱਕ ਹੋਰ ਰੋੜ ਤਾ ਵਾ ਜਾ ਰਹੇ ਆਪਾਂ ਹੁਣ ਘਰ ਹੁਸ਼ਿਆਰਪੁਰ ਦਾ ਮੌਸਮ ਵੀ ਠੰਡਾ ਆ ਨਵੇਂ ਆ ਤਾਂ ਬਾਕੀ ਪੁਰਾਣੇ ਵਾਲੇ ਤਾਂ ਕੀ ਕਰ ਨਹੀਂ ਦਿੰਦੇ ਆ ਸੋ ਮੇਰੇ
ਮਿਲਦੇ ਹਾਂ ਜਲਦੀ ਨੈਕਸਟ ਵਲੌਗ 'ਚ।